ਬਈ ਵਿਆਹ ਤੇ ਪਹਿਲਾਂ ਜੰਡੂ ਕੀ ਮਾਂ ਉਸ ਨੇ ਸਮਝਾਉਣ ਲੱਗ ਰਹੀ ਕਿ ਇੱਕ ਵਿਆਹ ਮੈਂ ਜਵੇ ਸਾਈਕਲ ਦੇਵੈ ਤਾਂ ਬੇਟਾ ਮੋਟਰਸਾਈਕਲ ਮੰਗੀਏ, ਔਰ ਜਵੇ ਮੋਟਰਸਾਈਕਲ ਦੇਵੈ ਤਾਂ ਕਾਰ ਮੰਗੀਏ, ਔਰ ਜਵੇ ਦੇਵੈ ਕਾਰ ਤੋ ਬਸ ਮੰਗੀਏ, ਠੀਕ ਸੈ ਨੈ? ਜੰਡੂ ਬੋਲਿਆ, ਠੀਕ ਸੈ ਰੀਮਾ, ਮੈਂ ਤੇਰੀ ਸਾਰੀ ਬਾਤ ਸਮਝ ਗਿਆ, ਜਵੇ ਮਨੇ ਬਹੂ ਦੇਵੇਂਗੇ ਤਾਂ ਮੈਂ ਸਾਸੂ ਲਿਆਊਂਗਾ। ਏਕ ਬੈ ਗਾਮ ਮੈਂ ਨੰਬਰਦਾਰ ਆਪਣੇ ਨੌਕਰ ਤੇ ਬੋਲਿਆ, ਰਹਿ ਭਾਈ ਮੇਰੀ ਗੋੜੀ ਕਿਤ ਗਈ? ਨੌਕਰ ਬੋਲਿਆ, ਸਾਹਿਬ ਆਪਕੇ ਨੀਚੇ ਸੈ। ਪੜਦੇ ਨੰਬਰਦਾਰ ਬੋਲਿਆ, ਰਹਿ ਬੇਰਾ ਤੋਂ ਮੁੰਨੇ ਵੀ ਥਾ ਪਰ ਪੁੱਛਣ ਮੈਂ ਕੀ ਅਰਜ਼ਾ ਹੈ। ਇੱਕ ਬੈ ਇੱਕ ਲੜਕੀ ਆਪਣੀ ਦਾਦੀ ਤੇ ਬੋਲੀ, ਦਾਦੀ ਕੱਲ ਤਾਂ ਮੈਂ ਕਾਲਜ ਮੈਂ ਨਹੀਂ ਜਾਊਂਗੀ। ਉਸਕੀ ਦਾਦੀ ਬੋਲੀ, ਕਿਆ ਤੈ? ਵਾ ਲੜਕੀ ਬੋਲੀ, ਮੁਹੱਲੇ ਕੇ ਲੜਕੇ ਮੈਨੂੰ ਛੇੜਾ ਸੈ। ਉਸਕੀ ਦਾਦੀ ਪੜਦੇ ਬੋਲੀ, ਕਿਉਂ ਬੇਕੂਬ ਬਣਾਵਸ ਹੈ, ਮੈਂ ਵੀ ਤਾਂ ਉਸੇ ਰਾਸਤੇ ਪਤਾਉ ਜਾਊ ਸੂ, ਮੈਂ ਤਾਂ ਅੱਜ ਦੀ ਕਿਸੇ ਨਾਲ ਨਾ ਛੇੜੀ। ਬਾਈ ਜੰਡੂ ਔਰ ਸੁੰਡੂ ਦੋਨੋਂ ਬਾਈ ਇੱਕ ਇੱਕ ਕਲਾਸ ਮੈਂ ਪੜਿਆ ਕਰਤੇ ਤੋ ਟੀਚਰ ਬੋਲੀ ਕਿ ਤੁਮ ਦੋਨੋਂ ਨਾ ਆਪਣੇ ਪਾਪਾ ਕਾ ਨਾਮ ਅਲੱਗ ਅਲੱਗ ਕਿਉਂ ਲਿਖਿਆ ਹੈ? ਜੰਡੂ ਪੜਤਾ ਹੈ ਬੋਲਿਆ, ਮੈਡਮ ਜੀ ਫਿਰ ਆਪ ਨੂੰ ਕਹੋਗੇ ਕਿ ਤੁਮ ਦੋਨੋਂ ਉਹਨਾਂ ਨੂੰ ਕੁਲ ਮਾਰੀਏ ਜਾਤ ਹੈ। ਏਕ ਬੈ ਇੱਕ ਮਾਂ ਆਪਣੇ ਬੇਟੇ ਜੰਡੂ ਤੇ ਪਿਆਰ ਕਰਤੇ ਹੋਏ ਬੋਲੀ, ਬੇਟੇ ਤੂੰ ਤਾਂ ਮੇਰਾ ਲਾਲ ਸੈ। ਉਸਕੋ ਦੋ ਉਸਕੀ ਬੇਬੇ ਵੀ ਖੜੀ ਥੀ, ਉਸਕੀ ਬੇਬੇ ਨੇ ਆਪਣੀ ਮਾਂ ਤਾਂ ਕਹੀ, ਮਾਂ ਜੇ ਜੰਡੂ ਤੇਰਾ ਲਾਲ ਸੈ ਤਾਂ ਮੈਂ ਕੇ ਸੂ? ਤਾਂ ਜੰਡੂ ਪੜਤੇ ਬੋਲਿਆ, ਤੂੰ ਮਾਂ ਕੀ ਲਾਲੀ। ਏਕ ਬੈ ਗਾਮ ਮੈਂ ਨੰਬਰਦਾਰ ਆਪਣੇ ਨੌਕਰ ਤੇ ਬੋਲਿਆ, ਰਹਿ ਭਾਈ ਮੇਰੀ ਗੋੜੀ ਕਿਤ ਗਈ? ਨੌਕਰ ਬੋਲਿਆ, ਸਾਹਿਬ ਆਪਕੇ ਨੀਚੇ ਸੈ। ਪੜਦੇ ਨੰਬਰਦਾਰ ਬੋਲਿਆ, ਰਹਿ ਬੇਰਾ ਤੋਂ ਮੁੰਨੇ ਵੀ ਥਾ ਪਰ ਪੁੱਛਣ ਮੈਂ ਕੀ ਅਰਜ਼ਾ ਹੈ। ਜੰਡੂ ਇੱਕ ਵਾਰ ਆਪਣੇ ਬਾਬੂ ਤੋਂ ਬੋਲਿਆ ਕਿ ਬਾਬੂ ਬਸ ਮੈਨੇ ਬੁਲਟ ਦਿਲਾ ਦੇ। ਬਾਬੂ ਬੋਲਿਆ, ਰਹਿ ਪੜੋਸੀਆਂ ਕੀ ਛੋਰੀ ਨੇ ਦੇਖ ਦੇਖ ਬਸ ਮਜਾਵ ਸਰੋਜ। ਰਹਿ ਬਾਬੂ ਯੋ ਤੋ ਨਹੀਂ ਦੇਖਿਆ ਜਾਤਾ। ਇੱਕ ਬੈ ਯਾਤਾਯਾਤ ਕੇ ਨਿਯਮ ਤੋੜ ਕੇ ਇੱਕ ਬੁੜੀਆ ਸੜਕ ਪਾਰ ਕਰਨ ਲੱਗ ਰਹੀ ਥੀ। ਪੁਲਿਸ ਵਾਲੇ ਨੇ ਬੁੱਢੀ ਤੋਂ ਰੁਕ ਕੇ ਕਿਹਾ, ਤਾਈ ਮੈਂ ਕੱਤੇ ਸਿੱਟੀ ਬਜਾਣ ਲੱਗ ਰਿਹਾ, ਤੂੰ ਰੁਕੀ ਕਿਉਂ ਨਾ? ਵਾ ਬੁੱਢੀ ਪੜਦੇ ਬੋਲੀ, ਬੇਟਾ ਤੂੰ ਇਹ ਬਤਾ, ਯਾ ਉਮਰ ਕੇ ਮੇਰੀ ਸੀਟੀਆਂ ਪਰ ਰੁਕਣ ਕੀ ਸੈ? ਬਾਈ ਇੱਕ ਹਰਿਆਣਵੀ ਛੋਰਾ ਸ਼ਹਿਰ ਮੈਂ ਭੱਜਣ ਚਲਿਆ ਗਿਆ ਔਰ ਉਹੜੇ ਇੱਕ ਛੋਰੀ ਉਸ ਤੋਂ ਬੋਲੀ ਕਿ ਤੇਰਾ ਨਿਕਨੇਮ ਕੇਸ ਹੈ? ਜੰਡੂ ਬੇਚਾਰਾ ਮਨੇ ਮਨ ਮੈਂ ਸਰਮਾਂਦਾ ਕਿ ਬੇਰਾ ਨੇ ਸਾ ਕੇ ਪੁੱਛ ਲਿਆ ਇਸਨੇ ਤੋਂ। ਨੂੰ ਬੋਲਿਆ ਕਿ ਯੂ ਕਿ ਹੋਇਆ ਕਰੈ? ਛੋਰੀ ਬੋਲੀ, ਰਹਿ ਮੈਂ ਨਿਊ ਕੂਸੂ ਕਿ ਤਨ ਗਰਨੇ ਕਿਸ ਨਾਮ ਤੇ ਬੁਲਾਇਆ ਕਰੈ? ਜੰਡੂ ਛੁੱਟਦਾ ਹੈ ਬੋਲਿਆ, ਜੀ ਕੰਜਰ। ਛੋਰੀ ਦੋ ਦਿਨ ਹੋ ਲਈਏ ਉੱਠੀ ਨਹੀਂ ਸੈ। ਇੱਕ ਵਾਰ ਡਾਕੀਏ ਕੀ ਵਰਤੀ ਥੀ ਲਿਖਿਤ ਪ੍ਰੀਖਿਆ ਮੈਂ ਇੱਕ ਸਵਾਲ ਪੁੱਛ ਰੱਖਿਆ ਥਾ ਕਿ ਪ੍ਰਿਥਵੀ ਤੇ ਚੰਦਰਮਾ ਕੀ ਦੂਰੀ ਕਿਤਨੀ ਹੈ। ਪ੍ਰੀਖਿਆ ਦੇਣ ਵਾਲੇ ਨੇ ਉੱਤਰ ਪੁਸਤਿਕਾ ਮੈਂ ਲਿਖਿਆ, ਜੇ ਇਸ ਰੂਟ ਪੇ ਡਾਕ ਬਟਣ ਕੀ ਮੇਰੀ ਡਿਊਟੀ ਲਗਾਈ ਜਾਗੀ ਤਾਂ ਮੈਂ ਨਯਾ ਨੌਕਰੀ ਨਹੀਂ ਕਰਨੀ। ਬਾਈ ਪਿਆਰ ਵੀ ਬਿਰਨ ਕੇ ਕੇ ਕਰਾ ਦੇ ਉਸ ਆਦਮੀਆਂ ਤੇ। ਇੱਕ ਜ਼ਮਾਨਾ ਹੋਇਆ ਕਰਤਾ ਜਿਦ ਪਿਆਰ ਮੈਂ ਲੋਕ ਅਮਰ ਹੋਇਆ ਕਰਤੇ, ਫਿਰ ਟੇਮ ਆਇਆ ਕਿ ਲੋਕ ਪਿਆਰ ਮੈਂ ਅੰਧੇ ਵੀ ਹੋਣ ਲੱਗ ਗਏ। ਅਰ ਬਾਈ ਤੋ ਉਹ ਜ਼ਮਾਨਾ ਸੈ ਕਿ ਜਬ ਪਿਆਰ ਮੈਂ ਲੋਕ ਤੋਤਲੇ ਹੋਣ ਲੱਗ ਗਏ। ਅਰ ਨਿਊ ਕਰਾਂ ਸੈ, ਅਲੇ ਮੇਲਾ ਬਾਬੂ ਛੋਈ ਨਹੀਂ ਅਭੀ ਤੱਕ, ਹੋਏ ਮੇਲੇ ਬਾਬੂ ਨੇ ਕਿਆ ਖਾਇਆ, ਮੇਰੇ ਛੂਨਾ ਮੇਰੇ ਮੁੰਨਾ ਮੇਰੇ ਚੁੰਨੂ ਮੇਰਾ ਛੂਨਾ ਲਵ ਯੂ। ਇੱਕ ਬੈ ਇੱਕ ਦੋਸਤ ਆਪਣੇ ਦੋਸਤ ਬੋਲਿਆ, ਮੇਰਾ ਦਾਦਾ ਬਹੁਤ ਧਨੀ ਸੈ, ਉਸਕੇ ਦਾਤਾਂ ਮੈਂ ਸੋਨਾ ਲਾਗ ਰਿਹਾ ਸੈ। ਪੜਦੇ ਉਸਕਾ ਦੂਸਰਾ ਦੋਸਤ ਬੋਲਿਆ, ਫਿਰ ਤਾਂ ਭਾਈ ਵਾ ਆਪਣਾ ਸਿਰ ਤਜੋਰੀ ਮਦਰ ਕੋ ਸੋਤਾ ਹੋਗਾ। ਤੀਨ ਚਾਰ ਲੁਗਾਈ ਆਪਣੇ ਸ਼ਰਾਬੀ ਘਰ ਵਾਲਾ ਕੀ ਦੁਖੜੇ ਰੋਣ ਲੱਗ ਰਹੀ ਥੀ। ਕੋਈ ਕਹਿ ਰਹੀ ਥੀ ਮੇਰਾ ਘਰ ਵਾਲਾ ਇਤਨਾ ਸ਼ਰਾਬੀ ਕਿ ਸਾਰਾ ਇਹ ਘਰ ਨਸਾ ਮੈਂ ਖੋ ਦਿਆ, ਔਰ ਕੋਈ ਨਿਊ ਕਵੇ ਕਿ ਮਾਰਾ ਸ਼ਰਾਬ ਪੀ ਕੇ ਘਰਾਂ ਹੀ ਪੜਿਆ ਰਹੇ ਸੈ, ਡਿਊਟੀ ਪੈ ਨਹੀਂ ਜਾਣਤਾ, ਔਰ ਕੋਈ ਨਿਊ ਕਵੇ ਕਿ ਉਹ ਇਸ ਸ਼ਰਾਬ ਨੇ ਤਾਂ ਦੁਖੀ ਕਰ ਦੀਏ, ਕੁਛ ਯਾਦ ਨਾ ਰਹਿੰਦਾ ਮਾਰਾ ਉਸਕੇ, ਬਤਾਓ ਪਰਸੋਂ ਪੀ ਕੇ ਆ ਗਿਆ ਔਰ ਗਲੀ ਮੈਂ ਮਿਲ ਗਿਆ, ਪਿਛਾਣੀਏ ਕੋਨੀ। ਔਰ ਫਿਰ ਧਿਆਨ ਤੇ ਦੇਖ ਕੇ ਨਿਊ ਬੋਲਿਆ, ਹਾਏ ਬੇਬੇ ਤੂੰ ਤਾਂ ਦੇਖ ਰਾਖੀ ਸੈ, ਕੁਣ ਸੈ ਗਾਮ ਕੀ ਸੈ। ਇੱਕ ਵੇ ਇੱਕ ਆਦਮੀ ਆਪਣੇ ਘਰ ਮੈਂ ਆਪਣੇ ਬੱਚਾ ਨੇ ਦੇਖ ਕੇ ਆਪਣੀ ਘਰਵਾਲੀ ਤੋਂ ਬੋਲਿਆ, ਭਗਵਾਨ ਤਿੰਨੇ ਬੱਚੇ ਨਜ਼ਰ ਆ ਰਹੇ ਸੈ।
बाकी के तीन कड़े गए। पड़दे उसकी पत्नी बोली, पड़ोस में खेल रहे से, दरअसल मैं इस नारे पर अमल कर रही हूँ, बस दो या तीन बच्चे घर में होते हैं अच्छे। भाई एक बैक अध्यापक ने सारे बालकां ती क्रिकेट पर निबंध लिखने की कह दी। सारे छात्र अपनी अपनी कापी लेके और प्रस्ताव लिखने ती जुट गए, पर झंडू चुपचाप बैठा। टीचर ने देखा कि उसकी कापी में के लिख रहा से, बस एक का लाइन लिख रही थी कि बारिश की वजह से मैच स्थगित कर दिया गया है। एक बैक छोरी का बाप अपनी छोरी खतर लड़का देख आया। लड़की की माँ बुझने लगी अक लड़का की शख्स है, तो लड़की का पिताजी बोला, चिंता की कोई बात नहीं से, लड़का बहुत उच्चे घराने का से। पढ़ दे, लड़की की माँ बोली, अच्छा कौन सी मंजिल पर आया करे से। हे प्रभु, या के मो माया से, जिद अपना बालक रोवे तो दिल में दर्द हो से, और जब दूसरे का रोवे तो सिर में, जब अपनी बीबी रोवे तो सिर में दर्द हो से, और जब दूसरे की रोवे तो दिल में, सब प्रभु की माया से। भई अपने पोते झंडू के आलस तो दुखी होके एक बुढ़िया उसने सुधारण खातर एक बाबा दोरा छोड़ी। एक दिन सांझ ने बाबा और झंडू सोन की तैयारी करने लाग रहे थे। बाबा बोलिया, रे झंडू रकुआड़ बंद कर दे भाई। झंडू बोलिया, आड़े के चोर गुस्से से। थोड़ी बार पछे बाबा फिर बोलिया, रे झंडू बाहर जाके देख, बूंद तो नहीं आवे से। झंडू पड़या पड़या फिर बोला, जिब छात टपकेगी ता आप नहीं बेरा पाट जाएगा। ले भाई, बाबा फिर बोला, भाई झंडू दीवे में फूक तो मार दे। झंडू फिर पड़या पड़या बोला, आंख बंद कर ले, आपे नहीं देरा हो जाएगा। आर के बाबा बोला, रे जो कोई या झाकी तो बंद कर दे। ले भाई, बटा झंडू पड़दा है बोलिया, मने तीन काम कर दिए तो एक भी नहीं कर सकता। भई दो दोस्त दारू पी के ने गड्डी चलाने लाग रहे थे, तो इतनी हण में एक चिल्लाया, अबे कमीन, रे दीवार से दीवार, रे आगे दीवार से। ले भाई, गाड़ी दीवार में जा घुसी। अगले दिन दोनों हॉस्पिटल में पहला कहन लाग रहा, रे कमीन, मैं चीख चीख के कहन लाग रहा था कि आगे दीवार से दीवार, फिर भी तने सुना नहीं। दूसरा दोस्त, साले बेवड़े, गाड़ी तो तू चलाने लाग रहा था तू। भाई एक बार गांव में टेलीफोन योजना के तहत झंडू का घर भी सरकार ने फोन ला दिया, और कितने तो एक बार फोन आ गया और उसकी बहू ने लिया ठा, और फोन ठान दे वह इसी हलन लागी, और ऊपर तन्यू कवे केक है केक है केक है। झंडू ने देखा इसके क्या हो रहा से, वो बोला, तू हलन क्यों लाग रही से, ऐसा क्यों हो गया फोन में। ऊपर तक पड़ दी उसकी बहू बोली, मैं क्या करूं जी, इस फोन में कोई मानस मना जिद का नू कहन लग रहा है, आलो आलो आलो। भाई एक बार शहर की छोरी का ब्याह गांव में हो गया। फिर के था, छोरी की सासू माँ ने उसकी भैंस के न्यार गिरणती भेज दिया, और भैंस काट रही थी जुगाली, झाग आ रहे थे भैंस के मुंह मनु, देख कर छोरी उल्टे पैर बाजी आई। सासू माँ बोली, ये क्यों होया बेटी, उल्टी क्या था आ गई। छोरी पढ़ दिए बोली, कुछ नहीं मम्मी जी, भैंस तो अभी कोलगेट कर रही है। भाई एक बार एक मास्टर झंडू तो पूछने लग गया, करे झंडू बता, सबसे ज्यादा नशा किस चीज मोस है। झंडू बोला, जी किताबा में। मास्टर बोला, रेनू कुकर, मैं तो समझिया नहीं। झंडू पढ़ता है बोला, जी के बताऊं, किताब खोलते ही नींद आ जा से। भाई एक बार जंगल में एक बहुत बड़े गड्ढे में एक शेर पड़ गया, और परेशान होके शेर बेचारा इंगे उंगे ने देखने लग गया, पर कोई रास्ता नजर नहीं आया। जिद्दे ओड़े एक पेड़ पर बंदर बैठा, और वो शेर का मजाक उड़ाने लग गया, और न्यू बोला, क्यों शेर, तू तो राजा बना फिरा करे, इब तो तेरी अकल ठिकाने आ गई न, इब शिकारी तने मारेंगे और तेरी खाल काट के दीवार पर सजावेंगे, और तेरे नाखून और दांत काट के दवाई बनावेंगे, और न्यू कह के वो जोर जोर तासन लग गया। ले भाई, इतनी आण में पेड़ की वह टहनी हलन लागी जिस पर बंदर बैठा था, और डाली टूट गई। बंदर भाई जा पड़ा कति शेर का सेमी, और गिरते न्यू बोला,
मां कसम माफी मांगती पड़िया सू। भाई पति के ऑफिस त आते पत्नी उस तो बोली के जानू आंखें बंद तो करो, देखो मैं आप खातर के गिफ्ट ले आई सू। भाई पति भी राजी हो गया और नू बोलिया के ले आई सा डार्लिंग, मने दिखा तो सही। पत्नी बोली देखो मैं आप खातर नई शर्ट ले आई सू। शर्ट पति ने पूछा कितने की आई? पत्नी पड़ते बोली जी फरी आई सा फरी, मेरी 12,000 की साड़ी का येल।